स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड रूड़ियां वाली, ये श्री मुक्तसर साहब जिले का पिंड ते मुक्तसर तो दोस्तों अबोहर रोड के उत्ते पहला पिंड आउंदा मुक्तसर के नेड़ ही। यह पिंड है रूड़ियां वाली पिंड का नाम ते जिहड़े घर चो वीडियो बना रहे हैं इस वीर नूं शौक सिर्फ देसी नसल साहीवाल का, तुहानूं पशु सारे दिखा दिंदा। सोहणियां गावां बाई कोल साहीवाल नसल दे विच घर दे विच रखियां, बहुती समझ नहीं इन्हां दी, बहुती इस ब्रीड बारे मैनूं पता नहीं गा, पर जिन्ना क देख रहा जां जिन्ना क सुणिया तो उहदे तों इह लगदा वी फुल प्योर ब्रीड बाई जी होरां कोल इत्थे संभाली हुई है। इन्हां दे विच्चों अज इक वैड वीर जी ने विकाऊ कीती है जिहदे बारे आपां डिटेल पुछनी है। सामने खड़ी है दसो, सूण वाली है, गब्बण है। सो इनफॉर्मेशन लैंदे आ, वीडियो नूं एंड तक देखियो, जिन्हों यह गां पसंद आ जू, रेट मालक दा, चीज़ उहदी है, तो पशु खरीदन लग्यां तुहानूं पसंद होना चाहिए, आके तुसीं गलबात करके इस वैड नूं खरीद सकोगे। मैं गावां सारियां तां दिखातियां वी तुहानूं आइडिया जिहा हो जाए वीर कोल किस क्वालिटी दीआं गावां जां किद्दां दे बच्चे अगे साहीवाल जा रहे हैं। सो आओ वीर नाल गलबात करदे हां ते इहदे बारे लैंदे हां जानकारी। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੋ ਜੀ ਆਪਣਾ। ਮੇਰਾ ਬਾਈ ਜੀ ਡਿੰਪੀ ਹੇਅਰ ਜੀ। ਠੀਕ ਹੈ। ਅੱਛਾ ਵੀਰ, ਸਾਰੀਆਂ ਹੀ ਸਾਹੀਵਾਲ ਰੱਖੀਆਂ ਹੋਈਆਂ? ਹਾਂਜੀ ਹਾਂਜੀ ਬਿਲਕੁਲ। ਸ਼ੌਂਕ ਹੈ ਫਿਰ ਸਾਹੀਵਾਲ? ਬਿਲਕੁਲ ਬਾਈ ਜੀ, ਸ਼ੌਂਕ ਹੈ, ਸ਼ੌਂਕ ਹੈ, ਹੋਰ ਉਸ ਤੋਂ ਬਗੈਰ ਕੋਈ ਬਿਜ਼ਨਸ ਨਹੀਂ ਗਾ, ਕੋਈ ਕੁਛ ਨਹੀਂ ਗਾ। ਠੀਕ ਹੈ। ਸਿਰਫ ਸ਼ੌਂਕ ਬਹੁਤ ਜ਼ਿਆਦਾ ਹੈਗਾ। ਕਦੋਂ ਤੋਂ ਸਾਹੀਵਾਲ ਘਰੇ ਲਿਆ? ਮੈਂ ਬਾਈ ਜੀ ਪਹਿਲੀ ਗਾਂ ਸਾਹੀਵਾਲ 2010 'ਚ ਲੈ ਕੇ ਆਇਆ ਸੀਗਾ ਜੀਵਨ ਨਗਰ ਤੋਂ। 2010 ਦੇ ਵਿੱਚ? ਹਾਂਜੀ ਹਾਂਜੀ। ਉਦੋਂ ਬਾਅਦ ਫਿਰ ਉਹਦੀ ਬਲੱਡ ਲਾਈਨ ਹੈ? ਉਹਦੀ ਬਲੱਡ ਲਾਈਨ ਹੈ, ਜੀਵਨ ਨਗਰ ਦੀ ਬਲੱਡ ਲਾਈਨ ਹੈਗੀ ਆ। ਠੀਕ ਹੈ। ਮੇਰੀ ਗਊ NDDP ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਕੋਲੇ ਵੀ ਗਈ ਹੈਗੀ ਇੱਕ। ਠੀਕ ਹੈ। ਉਹਨਾਂ ਨੇ ਇੱਥੋਂ ਖਰੀਦ ਕੇ ਉਹ ਰਿਕਾਰਡ ਪ੍ਰਾਈਸ 'ਚ ਉਦੋਂ ਖਰੀਦੀ ਸੀ 3 ਸਾਲ ਪਹਿਲਾਂ, ਕਾਫੀ ਮਹਿੰਗੀ ਗਊ ਖਰੀਦੀ ਸੀ। ਇਹਦੀ ਭੈਣ ਸੀਗੀ, ਇਹਦੀ ਹਾਫ ਸਿਸਟਰ ਸੀਗੀ। ਠੀਕ ਹੈ। ਹਾਂਜੀ ਹਾਂਜੀ। ਅੱਛਾ, ਤੇ ਵੈਸੇ ਇਹ ਦੁੱਧ ਦਾ ਕੀ ਰਿਕਾਰਡ ਰਿਹਾ ਆਪਣੇ ਕੋਲ ਇਹਨਾਂ ਦਾ? ਬਾਈ ਜੀ ਮੇਰੇ ਕੋਲੇ ਮੈਕਸਿਮਮ ਦੁੱਧ 22 ਲੀਟਰ ਦਿੱਤਾ ਹੈਗਾ। 22 ਲੀਟਰ? ਹਾਂਜੀ ਹਾਂਜੀ। ਠੀਕ ਹੈ। ਤੇ ਜਿਹੜੀਆਂ ਵੈਸੇ ਆਮ ਤੌਰ ਤੇ ਇਹ ਸੁਣ ਚਾਉਂਦਾ ਵੀ ਜਿਹੜੀ ਦੇਸੀ ਨਸਲ ਆ ਸਾਹੀਵਾਲ ਹੈ, ਇਹਦਾ ਸੁਭਾਅ ਗਰਮ ਹੁੰਦਾ, ਕੋਈ ਇਦਾਂ ਦੀ ਦਿੱਕਤ ਨਹੀਂ ਆਉਂਦੀ? ਹਜੇ ਤੱਕ ਨਹੀਂ ਕੋਈ ਦਿੱਕਤ ਆਈ ਆ, ਤੁਸੀਂ ਤੁਹਾਡੇ ਕੋਲ ਹੀ ਹੈ ਸਾਨੂੰ। ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਵੀ ਜਿਵੇਂ ਜਦੋਂ ਸਾਹੀਵਾਲ ਪਿਓਰਿਟੀ ਚ ਆਊਗੀ, ਹਾਂਜੀ, ਤਾਂ ਉਦੋਂ ਠੰਡੀ ਹੋ ਜਾਊਗੀ, ਜੇ ਕ੍ਰੋਸ ਬਰੀਡ ਤਾਂ ਹੋ ਸਕਦਾ ਗਰਮ ਰਹਿੰਦੀ ਹੋਵੇ। ਨਹੀਂ ਬਾਈ ਜੀ, ਇਸ ਤਰ੍ਹਾਂ ਵੀ ਨਹੀਂ, ਕਈ ਜਿਹਦੀ ਬਲੱਡ ਲਾਈਨ ਮਾੜੀ ਹੈਗੀ ਆ ਜਾਂ ਪਿੱਛੋਂ ਮਾੜੀ ਆ ਗਈ, ਉਹ ਤਾਂ ਤੁਹਾਨੂੰ ਦਿੱਕਤ ਦੇਊਗੀ। ਜਿਹੜੀ ਇਹ ਦਿੱਕਤ ਦੇ ਸਕਦੀ ਉਹ ਬਹੁਤ ਜਿਆਦਾ ਦਿੰਦੀਆਂ, ਜਿਹੜੀਆਂ ਵੀ ਦਿੰਦੀਆਂ ਹੈਗੀਆਂ। ਠੀਕ ਹੈ। ਜਿਹੜੀਆਂ ਨਾਰਮਲ ਹੈਗੀਆਂ ਠੰਡੀਆਂ ਸੁਭਾਅ ਦੀਆਂ, ਜਿਵੇਂ ਮੇਰੇ ਕੋਲ ਗਾਵਾਂ ਹੈਗੀਆਂ, ਕਿਵੇਂ ਹੱਥ ਮਾਰੀ ਜਾਓ, ਬੱਚਾ ਥੱਲੇ ਬਹਿ ਜੇ, ਕੋਈ ਦਿੱਕਤ ਨਹੀਂ ਗੀ। ਅੱਛਾ, ਇਹਨਾਂ ਦੀ ਕੋਈ ਦਿੱਕਤ? ਇਹ ਕੋਈ ਦਿੱਕਤ ਨਹੀਂ। ਅੱਛਾ, ਇਹਨਾਂ ਦਾ ਫਿਰ ਜਿਵੇਂ ਆਪਣੇ ਕੋਲ 2010 ਤੋਂ ਆਪਾਂ ਬਰੀਡਿੰਗ ਕੀਤੀ ਹੈ ਇਹਨਾਂ ਦੀ, ਹਾਂਜੀ, ਰਿਕਾਰਡ ਤਾਂ ਫਿਰ ਆਪਾਂ ਸੰਭਾਲਦੇ ਹੋਵਾਂਗੇ, ਇਹ ਕਿਹੜੇ ਬੋਲ ਦੀਆਂ ਇਹ ਹੈਗੀਆਂ, ਕਿਹੜੇ ਅੱਗੇ ਲੱਗੇ? ਹਾਂ ਹਾਂ ਬਿਲਕੁਲ ਬਿਲਕੁਲ, ਇਹਨਾਂ ਦਾ ਮੇਰੇ ਕੋਲ ਇੱਕ ਇੱਕ ਡੇਟ ਆਫ ਬਰਥ, ਹਰ ਚੀਜ਼ ਮੇਰੇ ਕੋਲ ਪ੍ਰਿਜ਼ਰਵਡ ਹੈਗੀ ਆ, ਮੈਂ ਸਭ ਕੁਝ ਸਾਂਭ ਕੇ ਰੱਖਿਆ ਹੈਗਾ। ਠੀਕ ਹੈ। ਜਿਹੜੀ ਅੱਜ ਇਹ ਵੈੜ ਆਪਾਂ ਵੇਚ ਰਹੇ ਹਾਂ, ਹਾਂਜੀ, ਇਹਦੀ ਉਮਰ ਕਿੰਨੀ ਹੈ? ਇਹ ਤਕਰੀਬਨ ਬਾਈ ਜੀ 3.5-4 ਸਾਲ ਦੀ ਵੈੜ ਹੈ। 3.5-4 ਸਾਲ? ਹਾਂਜੀ, ਅੱਜ ਐਗਜ਼ੈਕਟ ਮੇਰੇ ਕੋਲ ਲਿਖਿਆ ਹੋਊਗਾ, ਉਹ ਮੈਂ ਤੁਹਾਨੂੰ ਉਹਦੇ ਤੋਂ ਪਤਾ ਲੱਗ ਜਾਊ ਆਪਾਂ ਨੂੰ। ਹਾਂਜੀ ਠੀਕ ਹੈ। ਅੱਛਾ, ਇਹਦਾ ਪਤਾ ਹੈ ਕਿਹੜੇ ਬੁੱਲ ਦੀ ਹੈ? S41 ਦੀ ਬੁੱਲ ਹੈ, ਸੈਗ ਦਾ ਬੁੱਲ ਹੈ। S41? ਹਾਂਜੀ। ਤੇ ਹੁਣ ਇਹਦੇ ਲੱਗਾ ਕਿਹੜਾ? ਹੁਣ ਇਹਦੇ ਨਟਰਾਜ ਦਾ ਟੀਕਾ ਲੱਗਿਆ ਹੈਗਾ। ਨਟਰਾਜ? ਹਾਂਜੀ। ਨਟਰਾਜ ABSL ਲੋਂ ਦਾ? ਨਹੀਂ ਜੀ, ਨਟਰਾਜ ਇਹਨਾਂ ਦਾ ਨੂਰਮਹਿਲ ਵਾਲਿਆਂ ਦਾ ਬੋਲ। ਨੂਰਮਹਿਲ ਵਾਲਿਆਂ ਦਾ? ਹਾਂਜੀ ਠੀਕ ਹੈ। ਅੱਛਾ, ਇਹਦੇ ਹੁਣ ਦਿਨ ਕਦੋਂ ਪੂਰੇ ਹੁੰਦੇ ਆ? ਦਿਨ ਤਕਰੀਬਨ ਬਾਈ ਜੀ ਪੂਰੇ ਹੈਗੇ ਆ, ਇਹ 2-4 ਦਿਨ ਲਊਗੀ ਮੇਰੇ ਹਿਸਾਬ ਨਾਲ। ਠੀਕ ਹੈ। ਤੇ ਸੂਪ ਹੋਊਗੀ ਇਹ। ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕਿੰਨਾ? 20 ਲੀਟਰ ਦੁੱਧ ਹੈ, ਉਹ ਵੀ ਪੂਰਾ ਤੁਹਾਡੇ ਗੋਕਲ ਮਿਸ਼ਨ ਨੇ, ਗਵਰਨਮੈਂਟ ਦਾ ਹੈਗਾ, ਉਹਨਾਂ ਨੇ ਰਿਕਾਰਡ ਕੀਤਾ ਹੈਗਾ, ਦੋਨੇ ਟਾਈਮ ਆ ਕੇ 3 ਟਾਈਮ ਆ ਕੇ ਚੋ ਕੇ ਤਸੱਲੀ ਨਾਲ। ਹਾਂਜੀ ਠੀਕ ਹੈ। ਮੇਲਿਆਂ ਮੂਲਿਆਂ ਦਾ ਵੀ ਸ਼ੌਂਕ ਰੱਖਦੇ ਹੋ ਜਾਂ ਨਹੀਂ? ਪਾਇਆ ਸ਼ੌਂਕ ਵੀ ਮੇਲਿਆਂ ਦਾ ਹੀ, ਹੁਣ ਤਾਂ ਲੱਗਣੋਂ ਹਟ ਗਏ, ਜਿੰਨਾ ਚਿਰ ਲੱਗੇ ਆ ਸਾਰੇ ਹੀ ਜਿੱਤੇ ਆ। ਅੱਛਾ, ਸਾਹੀਵਾਲ 'ਚ ਜਿੱਤਦੇ ਰਹੇ? ਹਾਂਜੀ ਜਿੱਤਦੇ ਰਹੇ ਆ ਜੀ, ਟਰਾਫੀਆਂ ਪਈਆਂ, ਕੋਈ ਦਿੱਕਤ ਨਹੀਂ ਜੀ। ਠੀਕ ਹੈ। ਚੰਗਾ, ਮਤਲਬ ਚੰਗਾ ਬਰੀਡ ਕੀਤੀ ਹੈਗੀ ਆ। ਸਹੀ ਹੈ ਜੀ। ਅੱਛਾ, ਹੁਣ ਇਹ ਵੇਚਣ ਦਾ ਇਰਾਦਾ, ਤੇ ਇਹਦਾ ਰੇਟ ਕੀ ਰੱਖਿਆ? ਇਹਦਾ 2.5 ਲੱਖ ਰੁਪਏ, 1,75,000 ਰੁਪਏ। 1,75,000 ਰੁਪਏ? ਹਾਂਜੀ ਹਾਂਜੀ ਠੀਕ ਹੈ। ਖੋਲੋ ਵੀਰ ਜੀ, ਦੱਸੋ 1,75,000 ਡਿਮਾਂਡ ਹੈ, ਤੇ ਨਾਲ ਤੁਹਾਨੂੰ ਦੱਸਤਾ ਵੀ 2010 ਤੋਂ ਬਰੀਡਿੰਗ ਸ਼ੁਰੂ ਹੋਈ ਵੀ ਹੈ। ਤੇ ਨਾਲ ਜਿਹੜੀ ਗੱਲ ਬਾਈ ਜੀ ਹੋਰਾਂ ਨੇ ਦੱਸੀ ਆ ਵੀ ਹੁਣ ਤੱਕ ਮੇਲਾ ਵੀ ਕੋਈ ਨਹੀਂ ਛੱਡਿਆ ਜਦੋਂ ਲੱਗਦੇ ਰਹੇ ਆ ਸਾਹੀਵਾਲ 'ਚ ਜਿੱਤ ਨਾਲੋਂ। ਸੋ ਪਿਓਰ ਸਾਹੀਵਾਲ ਨਸਲ ਦੀ ਗਾਂ ਫੋਰ ਸੇਲ ਹੈ, ਜਿਹਨੂੰ ਪਸੰਦ ਆਵੇ ਦੋਸਤੋ ਤਾਂ ਇਹਨੇ ਪਹਿਲਾ ਸੂਆ ਸੁਣਿਆ। S41 ਦੀ ਆਪ ਤੇ ਨਟਰਾਜਨ ਬੁੱਲ ਆ ਜਿਹਦੇ ਤੋਂ ਇਹ ਇਸ ਟਾਈਮ ਪ੍ਰੈਗਨੈਂਟ ਹੈ, ਦਿਨ 2-4 ਲਊਗੀ ਦੋਸਤੋ, ਲਿਆਓ ਜੀ। ਸੋ ਇਹ ਪਿਓਰ ਸਾਹੀਵਾਲ ਬਰੀਡ ਤੁਹਾਨੂੰ ਇਸ ਟਾਈਮ ਦਿਖਾ ਰਿਹਾ,
उम्मीद आ पसंद करोगे। तो जेडे साहिवाल के शौकीन है जिवें बाई जी होरां नूं शौक है तो वीर दसदा भी उस नामी हस्तियां है जिन्हां कोल वीर दियां वहिड़ां गईआं होईआं इदू पहलां अपने चैनल ते। हालांकि पहली बार आपां इन्हां दे कोलों कोई गां दिखा रहे हैं पर इदू पहलां जिवें बाई जी होरां ने दस्सिया NDDB भी एक चंगी कीमत दे उत्ते इन्हां कोलों एक वहिड़ जिहड़ी उह खरीद के लगाई है। कहण दा भाव इही है वी जे ब्रीड चंगी है तो दुध दे नाल नाल उहदी ब्रीड दी वैल्यू भी जिहड़ी उह बणदी है उहदी भी कीमत बन जांदी है। जिवें तुसीं ਇਹ ਵੀ ਵੈੜ ਦੇਖ ਰਹੇ ਹਾਂ ਦੋਸਤੋ ਜੇ ਚੰਗੀ ਬਰੀਡ ਸੰਭਾਲਦੇ ਹਾਂ ਤਾਂ ਪੂਰੇ ਵਿਸ਼ਵਾਸ ਨਾਲ ਆਪਾਂ ਆਪਦੀ ਚੀਜ਼ ਦਾ ਮੁੱਲ ਜਿਹੜਾ ਉਹ ਮੰਗ ਸਕਦੇ ਹਾਂ ਕਿਉਂਕਿ ਪਤਾ ਹੁੰਦਾ ਵੀ ਉਹਦਾ ਰੇਟ ਜਿਹੜਾ ਉਹ ਮਿਲ ਜਾਂਦਾ। ਧੰਨਵਾਦ। ਵੀਡੀਓ ਦੇਖਣ ਵਾਸਤੇ ਨੰਬਰ ਸਕਰੀਨ ਉੱਤੇ ਹੈ, ਕਾਲ ਇਸ ਨੰਬਰ 'ਤੇ ਕਰਨੀ ਹੈ। ਤਸੱਲੀ ਕਰਨ ਲਈ ਤੁਸੀਂ ਰੂੜਿਆਂ ਵਾਲੀ ਪਿੰਡ ਮੁਕਤਸਰ ਸ਼ਹਿਰ ਦੇ ਵਿੱਚ ਆ ਸਕਦੇ ਹੋ ਅਤੇ ਉੱਥੋਂ ਜੋ ਹੋਰ ਰੋਡ 'ਤੇ ਨਿਕਲੋਗੇ ਤਾਂ ਪਹਿਲਾਂ ਹੀ ਇਹ ਪਿੰਡ ਆ ਜਾਂਦਾ। ਧੰਨਵਾਦ।